ਇਕੱਠੇ ਹੋ ਜਾ, ਇਮਾਮੇ ਜ਼ਮਾਨਾ ਦੇ ਨਜ਼ੂਲ ਫਰਮਾ, ਸਾਡੀਆਂ ਅੱਖੀਂ ਵੇਖ ਲੈਣ ਜੋ ਸੈਯਦ ਮਦੀਨੇ ਵਾਲੇ ਵਸਦੇ ਕਿਵੇਂ ਆ। ਜਿਲੇ ਹਾਕਿਮ ਮਦੀਨੇ ਵਾਲੇ ਹੋਵੇ ਨਾ, ਹਰ ਕੈਨ ਨੂੰ ਤਹੱਫਜ਼ ਹੁੰਦਾ, ਬਾਹਰ ਮੈਨੂੰ ਭੇਜਦੇ, ਅਸਾਂ ਹੀ ਬਣਾਉਣ ਵਾਲਿਆਂ ਨੂੰ ਵਿਖਾਈਏ ਜੋ ਅੱਲਾਹ ਦੇ ਪੜ੍ਹੇ ਹੋਏ ਇਮਾਮ ਕਿਵੇਂ ਆ। اللهم صل على محمد وعلى محمد بلند صلوات ایک صلوات اچھی پڑھو ذکر شروع کرو قبل اس کے ذکر دی ابتدا کراں ہر کوئی بلندیاں لبدا ہے کائنات دیاں بلندیاں چوں سب تو جنو بلند خالق آکھیا ہے وہ ہے ورفا نہ لک ذکر رکھ ہم نے تیرے ذکر کو بلند کر دیا کچھ کچھ آون والے نوں ہی پتہ نہیں لگدا بھئی سب کیوں آئے ودے آئے ساڈے ایڈے منہ سونے نہیں ذکر ہی ایڈا بلند ہے ਕਿਸਮ ਦੀਆਂ ਤਾਰੀਫਾਂ ਆਉਂਦੀਆਂ ਨੇ ਕਿਆ ਖੇਮੋ ਤ੍ਰਾਏ ਕਿਸਮ ਦੀਆਂ ਤਾਰੀਫਾਂ ਚੌਥੀ ਬਨਾਵਟ ਹੈ ਤਾਰੀਫ ਨਹੀਂ ਪਹਿਲੀ ਤਾਰੀਫ ਨੂੰ ਹਮਦ ਅਖੀਂਦਾ ਹਮਦ ਉਸ ਤਾਰੀਫ ਨੂੰ ਅਖੀਂਦਾ ਜਿਹੜੀ ਕਹਿਣ ਦੀ ਦਿੱਤੀ ਹੋਈ ਨਾ ਹੋਵੇ ਉਹਦੀ ਜ਼ਾਤੀ ਹੋਵੇ ਅੱਲਾਹ ਦੀ ਜਿਹੜੀ ਹਮਦ ਬਿਆਨ ਕੀਤੀ ਪੈਂਦੀ ਹੈ ਉਹ ਕਹਿਣ ਦੀ ਦਿੱਤੀ ਹੋਈ ਨਹੀਂ ਹਮਦ ਆਦੇ ਹੀ ਉਸ ਤਾਰੀਫ ਨੂੰ ਹਨ ਜਿਹਦੀ ਜ਼ਾਤੀ ਹੋਵੇ ਹਿੱਸੇਦਾਰੀ ਭਾਈ ਵਾਲੀ ਨਾ ਹੋਵੇ ਨਾਤ ਉਸ ਤਾਰੀਫ ਨੂੰ ਆਦਨ ਜਿਹੜੀ ਰਸੂਲ ਦੀ ਆਪਣੀ ਹੋਵੇ ਅਵਾਰਡ ਗਵਾਰਡ ਵਿੱਚ ਨਾ ਹੋਵੇ ਤੀਸਰੀ ਤਾਰੀਫ ਨੂੰ ਕਸੀਦਾ ਆਦਨ ਹਮਦ ਅੱਲਾਹ ਦੀ ਨਾਤ ਰਸੂਲ ਦੀ ਕਸੀਦਾ ਮੌਲਾ ਅਲੀ ਕੋਈ ਸ਼ਾਨ ਲੱਭਣੀ ਹੋਵੇ ਜਦਾਂ ਵੀ ਕੋਈ ਸ਼ਾਨ ਲੱਭਣੀ ਹੋਵੇ ਤਾਂ ਇਹਨਾਂ ਤਿੰਨ ਹਿੱਸਿਆਂ 'ਚੋਂ ਲੱਭੇ ਅਗਰ ਉਹ ਬੰਦਾ ਇਹਨਾਂ ਤਾਰਫਾਂ 'ਚ ਲੱਭਦਾ ਹੈ ਮੁੜ ਤਾਂ ਸ਼ਾਨ ਹੈ ਨਹੀਂ ਤਾਂ ਬਨਾਵਟ ਕੋਈ ਵੀ ਕਰ ਸਕਦਾ ਕਹਿਣ ਨੂੰ ਉੱਚੇ ਆਖਣ ਨਾਲ ਉੱਚਾ ਨਹੀਂ ਆਉਂਦਾ ਜਿਹਨੂੰ
ਸੱਚਾ ਛੱਡੇ ਤੇ ਕੁਰਾਨ ਚ ਛੱਡੇ, ਸਾਨੂੰ ਬੋਲਣ ਦੀ ਲੋੜ ਕੋਈ ਨਹੀਂ। ਅਨਕੁ ਮੁਰਜਸਾ ਜਿਹਨੂੰ ਆਖੇ ਕੁਰਾਨ ਨਿਸ਼ਾਨੀ ਲਾ ਗਿਆ ਦਾ ਅਹਿਲ ਬੈਤ ਉਹਨੂੰ ਅਖੀਂਦਾ ਹੈ ਜਿੰਨਾ ਤੂੰ ਰਜਸ ਦੂਰ ਹੋਵੇ। ਸਾਰੀ ਜ਼ਿੰਦਗੀ ਰਜਸ ਚ ਰਹਿ ਕੇ ਤਤਹੀਰ ਵਾਲਿਆਂ ਨੂੰ ਗਿਣਨ ਵਾਲੇ ਬੰਦੇ ਨੂੰ ਕਿਹਾ ਪਤਾ ਰਜਸ ਆਦੇ ਕਿਨੂੰ, ਮੈਨੂੰ ਪਹਿਲੂ ਦੂਰ ਕਰ ਮੁੜ ਪਤਾ ਕਰ ਰਜਸ ਕਈ ਜਗ੍ਹਾ ਦੂਰ। ਅਹਿਲ ਬੈਤ ਦਾ ਤਾਰਫ ਜਿਹੜਾ ਕੁਰਾਨ ਦੱਸਿਆ, ਅੱਲਾ ਨੇ ਇਸ ਅਮਲ ਨੂੰ ਆਪਣਿਆਂ ਇਰਾਦਿਆਂ ਚ ਰੱਖਿਆ। ਅੱਲਾ ਦੇ ਮੈਂ ਜਦਾਂ ਕੋਈ ਇਰਾਦਾ ਕਰਨਾ ਨਾ ਕਹੀ ਸ਼ਾਇਦ ਬਣਾਵਣ ਦਾ, ਇਹਦਾ ਇਰਾਦਾ ਸ਼ਾਇਨ ਕਹੀ ਚੀਜ਼ ਦੇ ਬਣਾਵਣ ਦਾ ਇਰਾਦਾ ਕਰੇ ਨਾ ਤੇ ਮੈਂ ਆਨਾ ਕੁਨ ਫਾਇਕੂਨ ਉਹ ਹੋ ਵੈਂਦੇ ਦਾ ਮਤਲਬ ਏ ਅੱਲਾ ਕੋਈ ਮਸ਼ੀਨ ਨਹੀਂ ਬਣਾ ਤੇ ਕਹੀ ਸ਼ਾਇਦ ਨੂੰ ਵਜੂਦ ਦਿੰਦਾ। ਜਿਵੇਂ ਜਿਵੇਂ ਕਹਿਣ ਨੂੰ ਰੱਬ ਦੀਆਂ ਮੌਤਾਂ ਜੀਆਂ ਲੱਭਦੀਆਂ ਨੇ ਬੰਦੇ ਦੀ ਹੋਂਦੀਆਂ ਅਕਲ ਦੀਆਂ ਮੌਤਾਂ ਜੀਆਂ, ਅੱਲਾ ਉਹਨੂੰ ਨਹੀਂ ਅਖੀਂਦਾ ਜਿਹੜਾ ਕਹੇ ਸ਼ਾਇਦ ਬਣਾਵਣ ਚ ਮੌਤਾਂ ਜੋਵੇ। ਉਹ ਇਰਾਦਾ ਕਰਦਾ ਤੇ ਕੰਮ ਹੁੰਦਾ ਹੈ ਤੇ ਇਰਾਦਾ ਕੋਈ ਉਸ ਹਰ ਵੇਰੀ ਤਾਂ ਨਹੀਂ ਕੀਤੀ ਰੱਖਿਆ, ਉਸ ਤੇ ਤਾਰਫ ਦੱਸਿਆ ਵੀ ਮੈਂ ਬਣਾਵਣ ਹੀ ਹੋਵੇ ਕਾਸ਼ਾ ਇਰਾਦਾ ਕਰੇ ਨਾ ਨਾ ਹੋਵਨ ਉਹ ਹੋ ਵੈਂਦੀ ਹੈ ਚੀਜ਼ ਜਿਹੜੀ ਆਨਾ ਵਾਤ ਅਹਿਲ ਬੈਤ ਕਾਣ ਆਖੇ ਸੇ ਇਹਦਾ ਇਰਾਦਾ ਇਨਮਾ ਯੁਰੀਦੁੱਲਾ ਮੈਂ ਅੱਲਾਹ ਦਾ ਇਰਾਦਾ ਹੈ ਯੁਰੀਦ ਇਰਾਦਾ ਅੱਲਾਹ ਜਿਨ੍ਹਾਂ ਨੂੰ ਰਜਸ ਨੂੰ ਜਿਨ੍ਹਾਂ ਤੋਂ ਦੂਰ ਕੀਤਾ ਨਹੀਂ ਦੂਰ ਰੱਖਿਆ ਹੈ। ਅੱਲਾ ਅਹਿਲ ਬੈਤ ਤੂੰ ਰਜਸ ਨੂੰ ਇੰਜ ਦੂਰ ਰੱਖਿਆ ਹੈ ਜੋ ਅਜਾਂ ਤਾਈਂ ਰਜਸ ਦੂਰ ਹੈ। ਕਦੀ ਸੁਣਨ ਵਾਲਾ ਹੀ ਮੈਂ ਆਪ ਹੁੰਦਾ ਇਸ ਇੱਕ ਜੁਮਲੇ ਦੀ ਦਾਦ ਮੈਂ ਇੱਕ ਸਾਲ ਮੈਨੂੰ ਥੰਬੇ ਨਾਲ ਹੀ ਹੱਥ ਬਣਵਾਉਣਾ ਪੈਂਦਾ ਤਾਂ ਮੈਂ ਰੱਖੀ ਰੱਖਾਂ ਹਾਂ ਜਿਸ ਬੰਦੇ ਤੱਕ ਖੁਦਾ ਦਾ ਨਾਮ ਨਹੀਂ ਪਹੁੰਚਿਆ ਉਸ ਤੂੰ ਖੁਦਾ ਕੇ ਪੁੱਛੀ ਤੂੰ ਲਾ ਇਲਾਹਾ ਇਲੱਲਾ ਕਿਉਂ ਨਹੀਂ ਪੜਿਆ। ਯਾਨੀ ਪੈਗਾਮ ਹੱਕ ਪਹੁੰਚਣ ਤੋਂ ਬਾਅਦ ਵਾਜਿਬ ਹੁੰਦਾ ਬੰਦੇ ਤੇ ਵਾਜਿਬ ਹੁੰਦਾ। ਬੰਦਿਆਂ ਕੋਈ ਬੜਾ ਹੀ ਕੰਮ ਕੀਤਾ ਹੈ ਅੱਗੇ ਛੋਟਿਆਂ ਹੁੰਦਿਆਂ ਕਦਾਂ ਹੀ ਬੱਸਾਂ 'ਤੇ ਸਫ਼ਰ ਕਰਾਇਆ ਨਾ ਤਾਂ ਵਿੱਚ ਕੋਈ ਨਾ ਕੋਈ ਪੂੜੀ ਆਣਲਾ ਉੱਠੀ ਖਲੋਂਦਾ ਹੀ ਮੈਂ ਹਾਜ਼ਮੇ ਵਾਲੀ ਪੂੜੀ ਵਿੱਚ ਇਹਨਾਂ
ਫਲਾਣੀ 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 ਚੀਜ਼ ਰਲਾ ਤੇ ਇਤਨੀਆਂ ਪੁੜੀਆਂ ਬਣਦੀਆਂ ਨੇ, ਇਤਨੀਆਂ ਵਿਕਣ ਤੇ ਮੈਨੂੰ ਇਤਨਾ ਫਾਇਦਾ ਹੈ। ਮੇਰੀ ਗੱਲ ਸੁਣ ਲਓ, ਲਓ ਤੇ ਭਾਵੇਂ ਮੇਰੀ ਸੁਣ ਤਾਂ ਲਓ। ਕੁਝ ਬੰਦੇ ਆਉਂਦੇ ਨਾ ਸੁਣਨ ਦੀ ਪਾਰੋ, ਬਈ ਸੁਣ ਤਾਂ ਲਓ, ਸੌਦਾ ਲਓ ਤੇ ਭਾਵੇਂ ਨਾ ਲਓ, ਵਿੱਚ ਕੋਈ ਬੈਠਾ ਹੈ ਜੇ ਅੱਗੇ ਲਈ ਹੋਵੇ ਵਿੱਚ ਬੰਦੇ ਉੱਠੇ ਤੂੰ ਨਾ ਕਿਹਾ ਸਾਨੂੰ ਪਹਿਲੂ ਦੇ ਲੈ ਜੂ, ਅਸਾਂ ਇਹ ਮੇਦਾ ਠੀਕ ਕੀਤੀ ਵਧੇ। ਮੈਂ ਇਸਲਾਮ ਪਰਸਤ ਆਲਮ ਤੂੰ ਪਰੇਸ਼ਾਨ ਆ, ਤੂੰ ਬੰਦੇ ਨੂੰ ਹੁਸੈਨ ਦੀ ਮਜਲਿਸ ਤੇ ਨਹੀਂ ਆਵਣ ਦਿੰਦਾ, ਮਤਾਂ ਇਹ ਹੁਸੈਨ ਸੁਣ ਕੇ ਸਮਝਿੰਦੋ। ਤੂੰ ਨਾ ਮੰਨ ਸੁਣ ਤਾਂ ਸਹੀ, ਤੇਰੀ ਜ਼ਰੂਰ ਤਾਂ ਪੁੜੀ ਵਾਲਾ ਚੰਗਾ। ਤੇ ਇਹ ਨਹੀਂ ਬੰਦੇ ਸੁਚੇਂਦੇ ਬਈ ਜਿਹੜਾ ਤੈਨੂੰ ਆਪਣੀ ਮਜਲਿਸ ਤੇ ਨਹੀਂ ਆਵਣ ਦਿੰਦਾ, ਜੋ ਤੂੰ ਆਵੇਂ ਤਾਂ ਤੇਰਾ ਨੁਕਾਹ ਟੁੱਟਦਾ ਹੈ, ਉਹਦੀ ਜੰਨਤ 'ਚ ਤੇਰਾ ਕੀ ਹਸ਼ਰ। ਦੇਵੀ ਰੂਪ ਕੁਮਾਰ ਨੂੰ ਆਖੀਆਂ ਨੇ ਕਬਰ 'ਚ ਦੋ ਫਰਿਸ਼ਤੇ ਉਸਨ, ਤੈਨੂੰ ਜਵਾਬ ਹੀ ਨਹੀਂ ਆਉਣਾ, ਸਾਡੇ ਦੀਨ 'ਤੇ ਆਵਾਂ ਜਾਂ ਅਸਾਂ ਮਈਅਤ ਸਾੜ ਛੁੜੇ ਨੇ। ਨਾ ਮਈਅਤ ਹੋ ਸੀ, ਨਾ ਕੋਈ ਹਿਸਾਬ ਜਵਾਬ ਹੋ ਸੀ। ਉਸ ਆਖਿਆ ਮੈਂ ਹੀ ਰੋਜ਼ ਬੁਹਾਰੀ ਦੇ ਤੇ ਸਮਾਨ ਇਕੱਠਾ ਕਰਕੇ ਫਰੋਲ ਕੇ ਵੇਹਨੀ ਹਾਂ ਬਈ ਵਿੱਚ ਕੋਈ ਕੀਮਤੀ ਸ਼ਾਇਦ ਨਹੀਂ ਵਧੀ, ਜੇ ਲਵੇਨੀ ਆ ਕੋਈ ਲੋੜ ਦੀ ਨਹੀਂ, ਮੈਂ ਉਹ ਹਰ ਸ਼ਾਇਦ ਚੁੱਲ੍ਹੇ 'ਚ ਪਾ ਕੇ ਸਾੜ ਦੇਨੀ ਆ। ਮੈਂ ਜਿੱਦਾਂ ਹੀ ਕਾਸ਼ਾ ਸਾੜੀਏ ਉਹ ਕੰਮ ਦੀ ਨਹੀਂ ਆਉਂਦੀ। ਮੈਂ ਤੁਹਾਡੇ ਮਜ਼ਹਬ 'ਤੇ ਅਮਦੀ ਤਾਂ ਹੀ ਨਹੀਂ ਜੋ ਤੁਸੀਂ ਸੜੇਂਦੇ ਹੋ, ਅਤੇ ਮੈਂ ਹੁਣ ਕੰਮ ਦੀ ਹੋ ਗਈ ਹਾਂ। ਅਲੀ ਮੰਨਣ ਤੋਂ ਬਾਅਦ ਕੰਮ ਦੀ ਹੋ ਗਈਆਂ। ਮੁਸਲਮਾਨ ਆ, ਸ਼ੀਆ ਸੁੰਨੀ ਬਰੇਲਵੀ ਦਿਓਬੰਦੀ ਬਣ ਕੇ ਨਾ ਸੋ ਜਾ, ਹਿੰਦੂ ਤੋਂ ਪੁੱਛੀਏ ਤੂੰ ਅਲੀ ਨੂੰ ਕੇ ਮੰਨੇ ਨੀ। ਵਾਦੀਏ ਮੁਸਲਮਾਨ ਪਹਿਲੂ ਕੁਰਾਨ 'ਚ ਪਤਾ ਕਰ, ਕੁਰਾਨ ਆਦਾ ਜਬ ਤੁਮੇ ਜੁਮਾ ਕੇ ਲਈ ਨਿਦਾ ਦੀ ਜਾਏ ਤੋ ਦੌੜ ਪੜੋ, ਜਬ ਜੁਮਾ ਸੇ ਫਾਰਗ ਹੋ ਜਾਓ ਤੋ ਜ਼ਮੀਨ ਮੇਂ ਫੈਲ ਜਾਓ ਔਰ ਅੱਲਾਹ ਕਾ ਫਜ਼ਲ ਤਲਾਸ਼ ਕਰੋ। ਕਿ ਸ਼ਲ ਬਣੀਏ ਅੱਲਾਹ ਕਾ ਫਜ਼ਲ ਤਲਾਸ਼ ਕਰੋ। ਹਿੰਦੂ ਆਦੀ ਤੂੰ ਖੁਦਾ ਕਾ ਫਜ਼ਲ ਹੈ ਯਾ ਅਲੀ, ਤੁਝੇ ਕਿਉਂ ਨਾ ਫਜ਼ਲ ਖੁਦਾ ਕਰੇ। ਤੂੰ ਖੁਦਾ ਕਾ ਫਜ਼ਲ ਹੈ ਯਾ ਅਲੀ, ਤੁਝੇ ਕਿਉਂ ਨਾ ਫਜ਼ਲ ਖੁਦਾ ਕਹੂੰ। ਕਦੀ ਡਿੱਠੇ ਨੇ ਬੇੜੀਆਂ 'ਚ ਜਿਹੜੇ ਮਲਾਹ ਵਧੇ ਹੁੰਦੇ ਨੇ, ਜਿਹੜੇ ਵੰਝ ਚਾਈ ਵਧੇ ਹੁੰਦੇ ਨੇ, ਉਹਨਾਂ ਨੂੰ ਆਖੀਂਦਾ ਨਾ ਖੁਦਾ।
ਮੀਆਂ ਮੈਂ ਪੜ੍ਹੇ ਹੋਇਆ ਤਾਂ ਕੋਈ ਨਹੀਂ ਤੇ ਤਾਂ ਮੁੜ ਮੁੜ ਪਿਆ ਸਮਝਾਈ ਨਾ ਖੁਦਾ ਕਸ਼ਤੀ ਚਲਾਵਣ ਵਾਲੇ ਨੂੰ ਨਾ ਖੁਦਾ ਦਿਨ ਮਲਾ ਨੂੰ ਜਿਹੜਾ ਪਾਰ ਲੈ ਵੇਂਦਾ ਹੁਣ ਲਫ਼ਜ਼ ਨਾ ਖੁਦਾ ਯਾਦ ਰੱਖ ਤੂੰ ਖੁਦਾ ਕਾ ਫਜ਼ਲ ਹੈ ਯਾ ਅਲੀ ਤੁਝੇ ਕਿਉਂ ਨਾ ਫਜ਼ਲ ਖੁਦਾ ਕਹੂੰ ਖੁਦਾ ਕਹੂੰ ਤਾਂ ਖਤਾ ਕਰੂੰ ਖੁਦਾ ਕਹੂੰ ਤਾਂ ਖਤਾ ਕਰੂੰ ਨਾ ਖੁਦਾ ਕਹੂੰ ਤਾਂ ਬਜਾ ਕਹੂੰ ਨਾ ਖੁਦਾ ਸੇ ਤੁਝਕੋ ਮਿਲਾ ਕਹੂੰ ਨਾ ਖੁਦਾ ਸੇ ਤੁਝਕੋ ਜੁਦਾ ਕਹੂੰ ਹਿੰਦੂ ਭਈਆ ਦੀ ਸਿਆਣੇ ਮੁਸਲਮਾਨਾ ਜਬ ਮੈਂ ਨਾ ਤੁਝਕੋ ਸਮਝ ਸਕੀ ਤੂੰ ਹੀ ਬਤਾ ਤੁਝੇ ਕਿਆ ਪੈਗਾਮ ਦੀ ਸੁਣਾ ਕੇ ਮੈਂ ਵਹਿਣ ਪਿਆ ਪੜਦਾ ਇੱਕ ਬਾਦਸ਼ਾਹ ਹੈ ਵਜ਼ੀਰਾਂ ਨਾਲ ਲੜਿਆ ਮੈਂ ਚਾਹੁੰਦਾ ਮੇਰਾ ਨਾਂ ਨਾ ਲਿਖੀ ਵੇ ਕਤਲ ਚ ਮੈਂ ਬੰਦਾ ਇੱਕ ਕਤਲ ਕਰਾਵਣਾ ਮੈਨੂੰ ਕੋਈ ਜੰਗਲੀ ਬੰਦੇ ਗੋਲ ਦਿਓ ਅਸਾਂ ਸ਼ੀਆ ਹੀ ਇਸੇ ਗੱਲੋਂ ਹੈ ਅਸਾਂ ਉਹਨਾਂ ਨੂੰ ਹਾਦੀ ਮੰਨਿਆ ਜਿਹੜੇ ਜਿੱਦਣ ਤੋਂ ਹਨ ਜਾਂ ਆਬਿਦ ਹਨ ਜਾਂ ਹਾਦੀ ਹਨ ਇਬਾਦਤ ਇਬਾਦਤ ਕਰਦੇ ਨੇ ਇਹਨਾਂ ਅਫਰੀਕਾ ਦੇ ਜੰਗਲ ਚ ਕੋਈ 40 ਬੰਦਾ ਨਪਿਆ ਜਿਹੜੇ ਪੱਤਿਆਂ ਨਾਲ ਜਿਸਮ ਛੁਪਾਈ ਵਧਿਆ ਕੱਪੜੇ ਦਾ ਸ਼ੂਰ ਹੀ ਨਹੀਂ ਲੈ ਤੇ ਆ ਗਏ ਇਹਨਾਂ 'ਚ ਇੱਕ ਉਬਜਾ ਬਿਨ ਸੁਬੈ ਦੇ ਜਿਹੜਾ ਇਹਨਾਂ ਦੀ ਬੋਲੀ ਸਮਝਦਾ ਹੀ ਜਿਹੜੇ ਆ ਖਲੇ ਵਕਤ ਦੇ ਹਾਕਮ ਪੁੱਛਿਆ ਉਹਦੇ ਬੰਦੇ ਤੂੰ ਬਈ ਪੁੱਛ ਕਿ ਆ ਇਹ ਖੁਦਾ ਨੂੰ ਜਾਣਦੇ ਮੈਨੂੰ ਪਤਾ ਹੈ ਤੁਹਾਡਾ ਖੈਰ ਨਾਲ ਇਕੱਠੇ ਢੇਰ ਹੋ ਗਏ ਹੋ ਮਜਮਾ ਮੇਰੇ ਹਿਸਾਬ ਹੀ ਤਾਂ ਪਤਾ ਨਹੀਂ ਇਹ ਕਿਦੂ ਅਚਾਨਕ ਆ ਗਿਆ ਮੇਰੇ ਹਿਸਾਬ ਵਿੱਚ ਤਾਂ ਥੋੜ੍ਹੇ ਆਉਣ ਵੱਧ ਹੁਣ ਇਤਨੇ ਦੇਰ ਰੋਜ਼ ਸੇਕ ਹੋ ਗਿਆ ਮੈਨੂੰ ਮੈਂ ਜੁਮਲਾ ਇਸ ਵਾਸਤੇ ਲੇਟ ਕਰ ਗਿਆ ਤੁਹਾਡੀ ਤਵੱਜੋ ਵਾਸਤੇ ਮਰਫਤ ਬਗੈਰ ਹਾਂਜੀ ਨਹੀਂ ਆਉਂਦੀ ਅਸਾਂ ਆਪਣੇ ਮਜ਼ਲੂਮ ਹਾਦੀਆਂ ਨੂੰ ਰੋਂਦੇ ਹਾਂ ਉਹਨਾਂ ਦੀਆਂ ਦੋ ਸਿਫਤਾਂ ਸੁਣੋ ਜਾਂ ਹਿਦਾਇਤ ਕਰਦੇ ਹਨ ਜਾਂ ਇਬਾਦਤ ਕਰਦੇ ਤਖ਼ਤ ਬਾਣ ਵਾਲਾ ਪੁੱਛਦਾ ਪਿਆ ਪੁੱਛੋ ਖੁਦਾ ਨੂੰ ਜਾਣਦੇ ਨਹੀਂ ਉਹਨਾਂ ਅੱਗੇ ਕਿਹਾ ਇਮਾਮ ਦਾ ਨਾਂ ਜਾਣਦੇ ਹੋ ਉਹਨਾਂ ਆਖਿਆ ਅਸਾਂ ਸੁਣਦੇ ਹੀ ਤੇਰੇ ਮੂੰਹ ਪਏ ਉਹ ਕਿਹਕਾ ਮਾਰ ਕੇ ਹੱਸਿਆ ਹੁਣ ਮੇਰਾ ਕੰਮ ਹੋ ਸੀ ਉਹਨਾਂ ਆਖਿਆ ਜੀ ਕਿਹੜਾ ਕੰਮ ਉਹਦਾ ਕਿ ਇਹਨਾਂ ਨੂੰ ਖਾਣੇ ਖਵਾਓ ਹਰ ਬੰਦੇ ਦੇ ਅੱਗੋਂ ਤਸ਼ਤ ਰੱਖੋ ਸੋਨੇ ਦਾ ਜਵਾਹਰਾਂ ਦਾ ਇਹ ਸਾਰੇ ਤੁਹਾਡੇ ਹਿੱਸੇ ਦਿਨ ਘਰ ਲੈ ਜਾਓ ਮਗਰ ਮੇਰੀ ਇੱਕ ਸ਼ਰਤ ਹੈ ਇੱਕ ਬੰਦਾ ਮੈਂ ਮਰਾਵਣਾ ਉਹ ਇੱਕ ਬੰਦਾ ਤੂੰ ਬਾਦਸ਼ਾਹ ਆਪ ਨਹੀਂ ਮਰਿੰਦਾ ਉਹ ਤਾਂ ਮੈਂ ਨਹੀਂ ਮਾਰ ਸਕਦਾ ਜੋ ਮੇਰਾ ਜਾਣੂ ਹੈ ਮੇਰੀ ਪਹਿਚਾਣ ਹੈ ਉਹਦੇ ਮੇਰੇ ਉੱਤੇ ਬੜੇ ਅਹਿਸਾਨ ਨੇ
ਤੁਸਾਂ ਮਾਰ ਦਿਓ। ਉਹਨਾਂ ਕਿਹਾ ਬੰਦਾ ਵੀ ਖਾ। ਜ਼ਿੰਦਾਨ ਦੇ ਬੂਹੇ ਤੇ ਲਾਇਆ, ਕੈਦੀ ਨੂੰ ਉਹਨੇ ਬਾਹਰ ਲਾਇਆ। ਬਹੁਤ ਜ਼ਮਾਨੇ ਦਾ ਗ੍ਰਿਫਤਾਰ, ਮਜਬੂਰ, ਪਿਆਸਾ ਤੱਸਾ ਕੈਦੀ, ਜ਼ਿੰਦਾਨ ਚੋਂ ਬਾਹਰ ਆਇਆ, ਐਡਾ ਔਖਾ ਆਇਆ ਜੋ ਪੈਰਾਂ ਤੇ ਖਲੋ ਨਹੀਂ ਸਕਦਾ। ਉਹਨਾਂ ਕਿਹਾ ਹਾਰੂਨ, ਤੂੰ ਕੈਦੀ ਵੀ ਖਾ ਲਿਆ, ਅਸਾਂ ਮਾਰਨਾ ਹੈ, ਤੇਰੇ ਸਾਰੇ ਕੰਮ ਕਰਨੇ, ਪਰ ਕਹਿਣ ਨੂੰ ਮਾਰਨ ਤੂੰ ਪਹਿਲੂ ਉਹਦਾ ਚਿਹਰਾ ਤਾਂ ਵੇਖਣਾ ਚਾਹੀਦਾ, ਸਾਡੀ ਸੁਜਾਣ ਚ ਆਉਂਦਾ ਹੀ ਕੋਈ ਨਾ। ਬਸ ਇਹੀ ਆ ਗੱਲ ਸਈਦਾਂ ਨੂੰ ਰੋਵਣ ਦੀ। ਹਰ ਬੰਦੇ ਦਾ ਕੰਮ ਹੀ ਨਹੀਂ ਇੰਜ ਸੁਣਨਾ ਤੇ ਵੱਤ ਰੋਵਣਾ। ਕੈਦੀ ਏਡਾ ਔਖਾ ਖਲਾ ਪੈਰਾਂ ਤੇ, ਉਹ ਆਦਨੇ ਦੇ ਚਿਹਰੇ ਤੋਂ ਵਾਲ ਹਟਾਓ, ਅਸਾਂ ਪਹਿਚਾਨੀ ਹੈ ਇਹ ਕੌਣ ਹੈ। ਉਹ ਨਜ਼ਲ ਚਿਹਰੇ ਦੇ ਵਾਲ ਹਟਾਏ ਨਾ, ਉਹਨਾਂ ਪੇਸ਼ਾਨੀ ਵਾਲੇ ਚਮਕਦੇ ਹੋਏ ਨੂਰ ਨੂੰ ਡਿੱਠਾ, ਉਹਨਾਂ ਤਲਵਾਰਾਂ ਸੱਟ ਛੋੜੀਆਂ। ਹਾਰੂਨ ਦਰ ਵੇਖਿਆ, ਦਿਨ ਤੇਰੇ ਕੋਲ ਕਦੋਂ ਦਾ ਕੈਦੀ ਹੈ? ਉਹਦਾ ਕਿ 14 ਸਾਲ ਹੋ ਗਏ। ਅਸਾਂ ਮੰਨਦੇ ਹੀ ਨਹੀਂ, ਤੂੰ ਝੂਠ ਬੋਲੇ ਨਾ। ਜਿਹੜੇ ਸਾਨੂੰ ਗ੍ਰਿਫਤਾਰ ਕਰਕੇ ਲਾਇਆ ਹੈ, ਉਸ ਤੋਂ ਪਹਿਲੂ ਸਾਡੇ ਬਾਲ ਵੇਖਣ ਗਏ ਨੇ। ਇਹ ਸਾਡੇ ਇਲਾਕੇ 'ਚ ਇੱਕ ਦਰਖਤ ਜਿੱਕਾ, ਉਹਦੇ ਤਲੇ ਹਰ ਲੈ ਮੁਸੱਲੇ 'ਤੇ ਬੈਠਾ ਹੁੰਦਾ। ਅਸਾਂ ਪੁੱਤਰ ਮੰਗਣਾ ਹੋਵੇ ਤਾਂ ਉਥਾਂ ਹੀ ਬਹਿਨੇ ਹਾਂ। ਜਿਹੜੇ ਗਰਮੀ ਬਾਅਦ ਬਹਿੰਦੀ ਹੈ, ਅਸਾਂ ਬਾਰਿਸ਼ ਮੰਗਦੇ ਹਾਂ, ਭੁੱਖੇ ਹੋਣੇ ਆ, ਖਾਣੇ ਖਮਣੇ ਆ। ਇਹ ਵੇਦਾ ਹੈ, ਖਾਂਦਾ ਹੀ ਨਹੀਂ, ਜਿਹਦਾ 24 ਘੰਟੇ ਇਬਾਦਤ 'ਚ ਵਕਤ ਗੁਜ਼ਰਦਾ ਹੈ, ਤੇਰਾ ਕੈਦੀ ਕਿਵੇਂ? ਲੱਗੇ ਮੇਰੀ ਬਈਅਤ ਨਹੀਂ ਕਰਿੰਦਾ ਹੈ ਮੇਰਾ ਕੈਦੀ ਹੈ। ਉਹਨਾਂ ਕਿਹਾ ਅਸਾਂ ਇਹਨੂੰ ਨਹੀਂ ਮਾਰ ਸਕਦੇ, ਇਹ ਦੁਨੀਆ ਹੈ, ਕਾਇਨਾਤ 'ਚ ਪਹਿਲਾ ਬੰਦਾ ਹੈ, ਤੂੰ ਆਉਣਾ ਸਾਡੇ ਕੋਲ, ਅਸਾਂ ਆਉਂਦੇ ਹਾਂ ਇਹ ਸਾਡੇ ਕੋਲ। ਇਹਨੂੰ ਅਸਾਂ ਜਦਾਂ ਹੀ ਡਿੱਠਾ, ਦੋ ਕੰਮ ਕਰਿੰਦਾ ਹੈ, ਜਾਂ ਇਬਾਦਤ ਕਰਿੰਦਾ ਹੈ, ਜਾਂ ਹਿਦਾਇਤ ਕਰਿੰਦਾ ਹੈ। ਦੋ ਕੰਮ ਹੀ ਤਾਂ ਸਈਦਾਂ ਦੇ ਜ਼ਮਾਨੇ ਤੋਂ ਵੱਖਰੇ ਹਨ। ਇਬਾਦਤ ਕੀਤੀ ਨੇ ਤਾਂ ਕਹਿਣ ਦੀ ਕਜਾਮ ਵਿੱਚ ਗੁਜ਼ਰ ਗਈ, ਕਹਿਣ ਦੀ ਰਕੂ ਵਿੱਚ ਗੁਜ਼ਰ ਗਈ, ਕੋਈ ਅੱਜ ਹੀ ਸਜਦੇ 'ਚ। ਇਬਾਦਤ ਕਰਨ ਦੀ ਸਈਦਾਂ ਹੱਦ ਹੀ ਇੰਜ ਮੁਕਾਈਏ, ਇਹਨਾਂ ਦੇ 'ਚ ਜਿਹੜੇ ਅਮਲ ਨਾਲ ਹੀ ਕੋਈ ਗੁਜ਼ਰਿਆ ਨਾ, ਉਸ ਜੇ ਵਤ ਮੰਗਿਆ ਕਹਿ ਨਹੀਂ, ਕਹਿ ਅੱਜ ਤਾਈਂ ਆਖਿਆ ਅੱਲਾ ਮੈਨੂੰ ਇੱਕ ਧੀ ਹੋ ਜਾਈ ਦੇ ਜਿਹਨੂੰ ਲੋਕ ਬਾਜ਼ਾਰਾਂ 'ਚ ਮਾਰਨ। ਇਸਲਾਮ ਦਾ ਮਾਲਕ ਬਣਨ ਵੀ ਤਾਂ ਪਹਿਲੂ ਚੌਥੇ ਇਮਾਮ ਦੀ ਤਾਰੀਖ ਪੜ੍ਹ, ਤੈਨੂੰ ਪਤਾ ਲੱਗੇ ਜੋ 4 ਸਾਲਾਂ ਦੀ ਭੈਣ ਜ਼ੰਜੀਰ ਖਲੀ ਚੁੰਮਦੀ ਏ, ਉੱਤਾਂ ਵੇਖ ਕੇ ਖੂਨ ਰੋਂਦਾ। ਜ਼ਖਮੀਆਂ ਦੀ ਗੱਲ ਕਰੀ ਵੇ, ਜ਼ਖਮ ਜਿਹਨੂੰ ਹੋਵੇ ਉਹਨੂੰ ਪਤਾ ਹੈ ਦਰਦ ਕਿਤਨਾ, ਤੱਸੇ ਨੂੰ ਪਤਾ ਹੈ ਪਿਆਸ ਦੀ ਕੀਮਤ ਦਾ, ਬੇਵਤਨ ਨੂੰ ਪਤਾ ਹੈ ਬੇਵਤਨ ਨੂੰ ਹੋਣ ਦਾ। ਦੁਨੀਆਂ 'ਤੇ ਸਾਦਾਤ ਇੰਜ ਥਕਾਏ ਤੇ ਰੁਲਾਏ ਨੇ, ਦੁਨੀਆਂ ਦਾ ਕੋਈ ਮੁਲਕ ਨਹੀਂ ਜਿੱਥੇ ਅੱਜ ਸੈਯਦ ਆਬਾਦ ਨਾ। ਬੰਦੇ ਸਮਝਦੇ ਨਾ ਮਦੀਨਾ ਮਾਰ ਕੇ ਛੁੜਾਇਆ ਨੇ, ਹੁਸੈਨ ਨਾਨੇ ਦਾ ਸ਼ਹਿਰ ਛੋੜਿਆ ਹੀ ਤਾਂ ਜੇ ਮੈਂ ਰਾਨਾ ਤੇ ਇਹ ਨਹੀਂ ਵਸਣ ਦਿੰਦੇ।
ਹੁਸੈਨ ਵਤਨ ਛੋੜਿਆ ਮਦੀਨਾ ਵਸ ਗਿਆ, ਹੁਸੈਨ ਮੱਕਾ ਛੋੜਿਆ ਮੱਕਾ ਵਸ ਪਿਆ, ਹੁਸੈਨ ਕਰਬਲਾ ਛੋੜਿਆ ਕਰਬਲਾ ਵਸ ਪਿਆ। ਇੱਕ ਸ਼ਾਮ ਆਈ ਜਿਹੜੀ ਨਾ ਵਸ ਸਕੀ, ਉਤਨੇ ਤਾਈਂ ਨਹੀਂ ਵਸੀ ਜਿਤਨੇ ਤਾਈਂ ਆਲੀਆ ਕਬਰ ਬਣਾ ਕੇ ਸੱਚੀ। ਹੁਣ ਵੀ ਤੇਰਾ ਦਿਲ ਹੋਵੇ ਨਾ ਮੈਂ ਮਦੀਨੇ ਵੈਸਾਂ ਤੋਂ ਹੁਸੈਨ ਨੂੰ ਮਿਲਸਾਂ, ਮੈਂ ਮੱਕੇ ਵੈਸਾਂ ਤੋਂ ਹੁਸੈਨ ਨੂੰ ਮਿਲਸਾਂ, ਮੈਂ ਕਰਬਲਾ ਵੈਸਾਂ ਤੇ ਮੈਂ ਹੁਸੈਨ। ਮੈਂ ਇਹ ਨਜ਼ਾਕਰੀ ਨਹੀਂ ਕਰਿੰਦਾ ਜਿਵੇਂ ਤੂੰ ਸੁਣਨਾ ਚਾਹੁੰਦਾ, ਮੈਂ ਨਾ ਹੁਸੈਨ ਨੂੰ ਮਿਲਣਾ ਹੀ ਤੇ ਸ਼ਾਮ ਦਿਆਂ ਬਾਜ਼ਾਰਾਂ ਚ ਵਨ ਵੇਖ ਮਤਾ ਕਹੇ ਦੀ ਸਰਦੀ ਵਗਦੀ ਹੋਈ ਰਤ ਚ ਆਵਾਜ਼ ਪਈ ਆਉਂਦੀ ਹੋਵੇ ਨਮਾਜ਼ੀ ਮਰੀ ਗਿਆ। ਮੈਂ ਨਹੀਂ ਕਰ ਸਕਦਾ ਉਹ ਜਿਹੀ, ਹੋ ਸਕਦਾ ਤੇਰੇ ਮਿਆਰ ਦਾ ਮੈਂ ਬੰਦਾ ਨਾ ਹੋਸਾਂ। 1400 ਸਾਲ ਤੋਂ ਬਾਅਦ ਅੱਜ ਵੀ ਵੇਖ ਅਲੀ ਦਾ ਨਾਂ ਚਾਹ ਕੇ ਚਿਹਰੇ ਕਿਤਨੇ ਖਰਾਬ ਆਉਂਦੇ ਨੇ, ਤੇ ਨਵਾਂ ਨਵਾਂ ਪਿਓ ਟੁਰਨ ਤੋਂ ਬਾਅਦ ਜਿਹੜੇ ਬਾਜ਼ਾਰ ਚ ਆਈਓ ਸੀ ਜਿਹੜੇ ਉਸ ਲਈ ਆਖੇ ਉਸ ਮੇਰਾ ਪਿਓ ਅਲੀ ਹੋਏ ਕਿਤਨਾ ਮਾਰੇ ਉਸ ਸਾਲ ਬਾਅਦ ਵੀ ਅਲੀ ਦਾ ਨਾਂ ਨਹੀਂ ਪਚਦਾ। ਹਾਏ ਯਾ ਅਲੀ ਤੇਰੀ ਕਿਸਮਤ, ਯਾ ਅਲੀ ਤੇਰੇ ਤਾਰਫ ਦੇ ਖਰਚੇ ਪੜਾ ਕਿੱਥੋਂ ਗੋਲਾਵਾਂ, ਕਹਿ ਨਬੀ ਦੇ ਘਰੋਂ ਇਹੋ ਜਿਹੀ ਚਾਦਰ ਜਿਹੜੀ ਬਾਜ਼ਾਰ ਚ ਲੱਥੀ ਏ ਕਿੱਥੋਂ ਲਾਇਆਵਾਂ ਇਹੋ ਜਿਹੀਆਂ ਗਰਦਨਾਂ ਜਿਹੜੀਆਂ ਜ਼ਿਕਰ ਖੁਦਾ ਚ ਝੁਕਦੀਆਂ। ਮੈਂ ਆਨਾ ਸੱਤਵੇਂ ਇਮਾਮ ਦੇ ਗੁਰੂ ਬਦਲਾ ਗਰ ਪੜਦੇ ਨਵੇਂ ਮਿੰਬਰ ਦੇ ਬੈਠੇ, ਇੱਕ ਚਾਦਰ ਆਈ ਤੇ ਭੈਣ ਵਾਰੀ ਵਾਰੀ ਨਾਲ ਨਮਾਜ਼ ਪੜ੍ਹਦੀਆਂ ਨੀ ਯਾਰ, ਕਈ ਤਾਰੀਖ ਚ ਮੈਂ ਨਹੀਂ ਪੜਿਆ ਬਈ, ਇੱਕ ਚਾਦਰ ਹਾਈ ਜਿਹੜੀ ਕਹਿਣ ਲੈ ਵੱਡੀ ਸਹਿਣ ਕਰਦੀ ਉਹ ਸੀ ਬਾਜ਼ਾਰ ਚ। ਅਗਲੇ ਦਿਨ ਜ਼ਾਕਰ ਮੇਰੇ ਤੋਂ ਪਹਿਲੂ ਖਲਾ ਪੜਦਾ, ਇੱਕ ਸ਼ਰੀਫ ਬਾਜ਼ਾਰ ਆਇਆ ਜਿੱਥੋਂ ਵਲੀ ਦੀ ਧੀ ਨੂੰ ਚਾਦਰਾਂ ਲੱਭੀਆਂ ਨੇ, ਮੈਂ ਪਿੱਛੋਂ ਬੈਠਾ ਚੁੱਪ ਕਰਕੇ ਸੁਣਦਾ ਰਿਹਾ। ਮੈਂ ਆਖਿਆ ਬਾਜ਼ਾਰ ਉਹਨੂੰ ਅਖੀਂਦਾ ਹੀ ਨਹੀਂ ਜਿੱਥੇ ਸ਼ਰਾਫਤ ਹੋਵੇ, ਇੱਕ ਸ਼ਾਇਦ ਜੋੜੀ। ਇੱਕ ਬਾਤ ਸੁਣ ਆਖਰੀ ਤੇ ਮੈਂ ਮਿੰਬਰ ਛੋੜਾਂ, ਲੰਬਾ ਨਹੀਂ ਬਣਨਾ। ਮਦੀਨੇ ਦੇ ਸ਼ਹਿਰ ਦੇ ਵਿੱਚ ਸਲਮਾਨ ਮੁਹੰਮਦ ਦੀ ਇੱਕ ਚਾਦਰ ਚਾਈ ਵਧੇ, ਗਲੀਆਂ ਜਿਲਾਨ ਵਧਾ ਕਰਦੇ ਲੋਗੋ ਘੱਟ ਕੀਮਤ ਤੂੰ ਲੈ ਲਓ, ਮੈਂ ਚਾਦਰ ਵਧਾ ਵੇਚਣਾ। ਉਸੇ ਬੂਹੇ ਦੇ ਸਾਹਮਣੇ ਇੱਕ ਯਹੂਦੀ ਹੈ ਜਿਹਦਾ ਘਰ ਰਹੇ, ਉਸ ਡਿੱਠੀ ਉਹਦਾ ਖਲੋਵੇ ਇੱਕ ਮਿੰਟ ਖਲੋਵੇ ਖਲੋਵੇ, ਸਲਮਾਨ ਅੱਗੇ ਬਾਜ਼ਾਰ ਨਾ ਲੈ ਵੰਜ ਮੈਂ ਲੈਣਾ, ਉਸ ਅੱਗੇ ਤੂੰ ਲੈ ਦੇ ਉਹਦਾ ਮੈਂ ਲੈਣਾ, ਉਸ ਅੱਗੇ ਲੈ ਕੀਮਤ ਦੱਸ ਉਹਦਾ ਨਹੀਂ ਸਹੀ ਖਲੋ ਮੈਂ ਆਉਂਦਾ ਅੰਦਰ ਗਈ। ਕਾਫੀ ਦੇਰ ਬਾਅਦ ਚਮੜੇ ਤੇ ਲਿਖੀ ਹੋਈ ਤਾਰੀਖ ਉਹਦੇ ਕੀ ਵਰਕ ਲੈ ਤੇ ਆਇਆ ਤੇ ਉਹ ਕਹਿੰਦੇ ਚਾਦਰ ਨੂੰ ਵੇਦਾ ਉਸ ਤਹਿਰੀਰ ਨੂੰ ਰਲਈਦਾ,
ਜਨਾਬ ਸੁਲੈਮਾਨ ਅਦਨ ਕੇ ਬਦਲ ਲੈਣਾ ਤਾਂ ਬਸ ਤਹਰੀਰ ਰਲ ਗਈ ਏ, ਮੈਂ ਨਸਲ ਮੂਸਾ ਦੇ ਹਾਦੀਆਂ ਚੁੱਟਰ ਦੋਇਆ ਮਦੀਨੇ ਆਇਆ। ਮੂਸਾ ਤੂੰ ਸੁਣਿਆ ਆਈ ਇਸ ਮਦੀਨੇ ਦੀਆਂ ਗਲੀਆਂ ਦੇ ਵਿੱਚ ਇੱਕ ਚਾਦਰ ਵਿਕਣ ਉਸੀ ਜਿਹੜੀ ਕੈਨਾਤ ਤੂੰ ਮੰਗੀ ਉਸੀ, ਉਹਦੀ ਤਹਰੀਰ ਇੰਨੀ ਉਸੀ ਜਿਵੇਂ ਇਹ ਚਮੜੇ ਦੀ ਤਹਰੀਰ ਏ। ਮੈਂ ਰਲਾਈ ਏ ਰਲ ਗਈ ਏ, ਥਾਂ ਹੀ ਖਲੋ ਅੰਦਰ ਕੀਮਤ ਉਸ ਮੰਗੀ ਏ ਦਿੱਤੀ ਅਸ। ਉਹਨੂੰ ਆਦਾ ਤੈਨੂੰ ਇਸ ਚਾਦਰ ਦਾ ਵਾਸਤਾ ਜੇ ਦਿੱਤੀ ਏ ਨਾ ਵੇਚਣ ਕਾਣ ਉਹਨੂੰ ਵਾਪਸ ਦੇ ਚਲ, ਤੂੰ ਨਹੀਂ ਰੱਖਣੀ ਤਾਂ ਮੇਰੇ ਨੇੜੇ ਨਾ ਕਰ, ਮੈਂ ਹੱਥ ਨਹੀਂ ਲਾਉਂਦਾ। ਇਹ ਚਾਦਰ ਉਸਨ ਵਾਪਸ ਦੇ ਆ। ਉਹਨੂੰ ਆਖ ਇੱਕ ਯਹੂਦੀ ਪਿਆ ਦਾ ਹੈ, ਇਹ ਬੁਰਕਾ ਤਾਂ ਅਸਮਾਨ ਵਾਲਾ ਹੈ ਤੁਹਾਡੇ ਘਰ ਕੀ। ਸਣੀ ਨਾਨਕੀ ਨਗਰੀ ਛੁਣੇ ਛੁੜੇ, ਬਸ ਵਹਿਣੀ ਹੋਇਆ ਜਿਹੜਾ ਮੈਂ ਕਰ ਲਿਆ ਤੂੰ ਸੁਣ ਲਿਆ। ਚਾਦਰ ਬਤੂਲ ਦੀ ਬਾਜ਼ਾਰ ਚਾਹੇ ਯਹੂਦੀ ਹੱਥ ਨਹੀਂ ਲੈਂਦਾ। ਕਦੀ ਸੋਚਿਆ ਘਰ ਜਿਹੜਾ ਲਹਾ ਲਹਾ ਕੇ ਵੱਜ ਪੁੱਛਦੇ ਆ ਨਾ ਤੇਰੀ ਮਾਂ ਦਾ ਨਾ ਕੇ ਜਿਹੜੇ ਨਾ ਚਾਹੀਦੀਆਂ ਬਾਏ ਬਾਏ ਗਿਆ ਦੀ ਆਈ ਉਹ ਜਈ ਮਾਈ ਕਹਿੰਦੀ ਨਹੀਂ ਮੈਨੂੰ ਮਰੇ ਬਹਿ ਗਿਆ ਮੈਂ। ਦੁਨੀਆ ਸ਼ਾਹ ਜੀ ਮੈਂ ਪਿਛਲੇ ਸਾਲ ਜਵਾਰੀ ਤੇ ਗਿਆ ਉੱਥੇ ਕਾਫਲਾ ਮਿਲਿਆ ਮਸਤੂਰਾਂ ਹੈਰਾਨ ਜਿਨ੍ਹਾਂ ਮੈਨੂੰ ਖਾਣਾ ਦੇ ਭੇਜਿਆ ਉਹਨਾਂ ਅੱਗੇ ਦੁਆ ਕਰੇ ਸਾਡੇ ਕਾਫਲੇ ਦੇ ਵਿੱਚ ਢੇਰ ਬੀਬੀਆਂ ਵਧੀਆਂ ਜਿਨ੍ਹਾਂ ਨੂੰ ਦਾ ਦਾ ਸਾਂ ਲੋਕ ਜਿਨ੍ਹਾਂ ਨਵੇਂ ਕੱਪੜੇ ਨਹੀਂ ਲਏ ਪੈਸਾ ਇਕੱਠੇ ਕੀਤੇ ਦੇ ਕੇ ਆਦੀਆਂ ਸਵਾਰੀ ਕਰਾ ਮਤ ਸ਼ਾਮ ਵਾਲੀ ਰਾਜ਼ੀਆ ਬੰਨੇ ਉਹ ਚੰਗੇ ਕੱਪੜੇ ਨਹੀਂ ਪਾਏ ਮੈਂ ਵੇਖ ਲਵਾਂ ਕਿੱਥੇ ਵੇਦੀ ਰਹੀ ਹੈ ਕਿੱਥੇ ਬਿਰਾ ਮਰੀ ਦਾਰੀ ਹੈ। ਮੁਸਲਿਮ ਸਮੇਂ ਜ਼ਵਾਰ ਅਲੀ